ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹੋਪ ਕਰਦਾ ਤੁਸੀਂ ਗੁੱਡ ਹੋਵੋਗੇ। ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹੈਗੇ ਆ ਸਪਾਊਸ ਓਪਨ ਵਰਕ ਪਰਮਿਟ ਦੀਆਂ, ਜਿਹੜੀਆਂ ਕਾਫੀ ਜ਼ਿਆਦਾ ਐਪਲੀਕੇਸ਼ਨਾਂ ਕੈਨੇਡੀਅਨ ਐਮਬੈਸੀ ਵੱਲੋਂ ਰਿਜੈਕਟ ਕੀਤੀਆਂ ਜਾ ਰਹੀਆਂ, ਰਿਫਿਊਜ਼ਲ ਦਿੱਤੇ ਜਾ ਰਹੇ ਲਗਾਤਾਰ। ਸੋ ਉਹਨਾਂ ਸਾਰੀਆਂ ਚੀਜ਼ਾਂ ਤੇ ਕਿਹੜੇ ਕਿਹੜੇ ਫੈਕਟ ਆ ਜਿਨ੍ਹਾਂ ਕਰਕੇ ਕੈਨੇਡੀਅਨ ਐਮਬੈਸੀ ਵੀਜ਼ਾ ਰਿਫਿਊਜ਼ਲ ਰੇਟ ਕੰਟੀਨਿਊ ਵਧਾ ਰਹੀ ਆ ਤੇ ਵੀਜ਼ਾ ਨਹੀਂ ਦੇ ਰਹੀ ਤੇ ਰਿਫਿਊਜ਼ਲ ਦੇ ਰਹੀ ਆ ਕੰਟੀਨਿਊ ਐਪਲੀਕੈਂਟਸ ਨੂੰ। ਸੋ ਆਪਾਂ ਸਾਰੀਆਂ ਗੱਲਾਂ ਤੇ ਚਾਨਣਾ ਪਾਵਾਂਗੇ ਕਿ ਮੇਨ ਕਾਰਨ ਆ ਕਿਹੜੀਆਂ ਕਿਹੜੀਆਂ ਗੱਲਾਂ ਜਿਨ੍ਹਾਂ ਦੇ ਕਰਕੇ ਕੈਨੇਡੀਅਨ ਐਮਬੈਸੀ ਨੂੰ ਇਹ ਲੱਗਦਾ ਕਿ ਇਹ ਬੰਦੇ ਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ। ਠੀਕ ਹੈ, ਸੋ ਆਪਾਂ ਕਰਦੇ ਹਾਂ ਗੱਲਬਾਤ ਸ਼ੁਰੂ। ਸੋ ਪਹਿਲਾ ਟੋਪਿਕ ਆ ਜਾਂਦਾ ਏਜ਼ ਦਾ ਕਿ ਅਗਰ ਤੁਸੀਂ ਹਸਬੈਂਡ ਵਾਈਫ ਆ ਤਾਂ ਅਗਰ ਤੁਹਾਡੀ ਵਾਈਫ ਦੀ ਏਜ਼ ਘੱਟ ਆ ਤਾਂ ਹਸਬੈਂਡ ਦੀ ਯਾਨੀ ਕਿ ਏਜ ਡਿਫਰੈਂਸ ਥੋੜਾ ਜਿਹਾ ਜ਼ਿਆਦਾ ਤਾਂ ਉੱਥੇ ਵੀ ਵੀਜ਼ਾ ਅਫਸਰ ਨੇ ਤੁਹਾਨੂੰ ਵੀਜ਼ਾ ਨਹੀਂ ਦੇਣਾ। ਉਦੋਂ ਅਗਲਾ ਆ ਜਾਂਦਾ ਮੇਨ ਰੀਜ਼ਨ ਐਜੂਕੇਸ਼ਨ। ਠੀਕ ਹੈ, ਜੇ ਤੁਹਾਡੀ ਵਾਈਫ ਜੋ ਕੈਨੇਡਾ ਦੇ ਵਿੱਚ ਆਉਣ ਵਾਲੀ ਹੈ ਜਾਂ ਤੁਹਾਡਾ ਸਪਾਊਸ ਹੈ ਜਾਂ ਕੁਛ ਵੀ ਆ ਹਸਬੈਂਡ ਵਾਈਫ ਚੋਂ, ਦੋਨਾਂ ਚੋਂ ਇੱਕ ਬੰਦਾ ਹਾਈ ਐਜੂਕੇਟਡ ਹੈ ਤਾਂ ਦੂਜਾ ਬੰਦਾ ਹਜੇ ਪਲੱਸ ਟੂ ਵਾਲਾ, ਤਾਂ ਉੱਥੇ ਵੀ ਉਹਨਾਂ ਨੂੰ ਡਾਊਟ ਲੱਗਦਾ ਕਿ ਇਹ ਬੰਦਾ ਜੈਨੂਇਨ ਵਿਆਹ ਨਹੀਂ ਆ। ਠੀਕ ਹੈ, ਸਿਰਫ ਇਹਨਾਂ ਦਾ ਇੰਟੈਂਟ ਹੈ ਕੈਨੇਡਾ ਜਾਣ ਵਾਸਤੇ। ਉਦੋਂ ਅਗਲਾ ਸਵਾਲ ਆ ਜਾਂਦਾ ਕਿ ਜਦੋਂ ਤੁਹਾਡਾ ਵਿਆਹ ਸੀ ਦੋਨਾਂ ਫੈਮਲੀਆਂ ਦੇ ਵਿੱਚ ਜਿਹੜੀ ਅੰਡਰਸਟੈਂਡਿੰਗ ਸੀ ਉਹ ਕਿੱਦਾਂ ਦੀ ਸੀ, ਕਿ ਉਹਨਾਂ ਦੇ ਦਿਲ ਦੇ ਵਿੱਚ ਇਹੀ ਸੀਗਾ ਕਿ ਤੁਸੀਂ ਇੱਕ ਗ੍ਰਸਤੀ ਜੀਵਨ ਬਤੀਤ ਕਰੋ, ਇੱਕ ਚੰਗੀ ਲਾਈਫ ਸਪੈਂਡ ਕਰੋ। ਠੀਕ ਹੈ, ਜੇ ਤਾਂ ਉਹਨਾਂ ਦਾ ਇਹ ਇੰਟੈਂਟ ਸੀ ਤਾਂ ਤੁਹਾਨੂੰ ਵੀਜ਼ਾ ਆਫੀਸਰ ਵੀਜ਼ਾ ਦੇ ਦੂਗਾ। ਅਗਰ ਵੀਜ਼ਾ ਆਫੀਸਰ ਨੂੰ ਇਹ ਲੱਗਿਆ ਕਿ ਇਹਨਾਂ ਦੋਨਾਂ ਦੇ ਪਾਰਟੀਆਂ ਦਾ ਜਿਹੜਾ ਇੰਟੈਂਟ ਆ ਸਿਰਫ ਕੈਨੇਡਾ ਜਾਣ ਲਈ ਹੈਗਾ ਤੇ ਉੱਥੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਉਦੋਂ ਅਗਲੀ ਗੱਲ ਆ ਜਾਂਦੀ ਕਿ ਸ਼ਾਰਟ ਸਟੇ, ਉਹ ਮੈਂ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਗੱਲ ਕਰ ਚੁੱਕਿਆ। ਸ਼ਾਰਟ ਸਟੇ ਦੇ ਜਿਹੜੇ ਕੇਸ ਆ ਬਹੁਤ ਜ਼ਿਆਦਾ ਵੱਧ ਰਹੇ ਆ ਕਿ ਹਸਬੈਂਡ ਜਾਂ ਵਾਈਫ ਦੇ ਵਿੱਚੋਂ ਦੋਨਾਂ 'ਚ ਜਿਹੜੇ ਬੰਦੇ ਨੇ ਕੈਨੇਡਾ ਆਉਣਾ ਹੁੰਦਾ ਉਹ ਆ ਜਾਂਦਾ ਇੱਕ ਜਾਂ ਦੋ ਮੰਥ। ਠੀਕ ਹੈ, ਬੇਸਿਕਲੀ ਇੱਕ ਹਫ਼ਤਾ ਜਾਂ ਦੋ ਹਫ਼ਤੇ ਜਾਂ ਤਿੰਨ ਹਫ਼ਤੇ ਵੀ ਨਹੀਂ ਰਹਿੰਦਾ, ਇੱਕ ਮਹੀਨਾ ਜਾਂ ਦੋ ਮਹੀਨੇ ਵੀ ਰਹਿੰਦਾ, ਫਿਰ ਵੀ ਉਹਨਾਂ ਨੂੰ ਇਹ ਲੱਗਦਾ ਕਿ ਇਹ ਮੈਰਿਜ ਜੈਨੂਇਨ ਹੈ, ਇੱਥੇ ਵੀ ਤੁਹਾਨੂੰ ਰਿਫਿਊਜ਼ਲ ਦੇਣਾ ਹੀ ਦੇਣਾ। ਠੀਕ ਹੈ, ਉਦੋਂ ਅਗਲੀ ਗੱਲ ਆ ਜਾਂਦੀ ਹੈ ਕਿ ਕੁੜੀ ਮੰਨ ਲਓ ਕੈਨੇਡਾ 'ਚ ਪੜ੍ਹ ਰਹੀ ਆ, ਠੀਕ ਹੈ, ਉਹਨੂੰ ਛੁੱਟੀਆਂ ਮਿਲੀਆਂ ਇੱਕ ਹਫ਼ਤੇ ਦੀਆਂ ਤਾਂ ਉਹ ਇੰਡੀਆ ਜਾ ਕੇ ਵਿਆਹ ਕਰਾਇਆ ਆਉਂਦੀ ਆ। ਠੀਕ ਹੈ, ਤਾਂ ਫਿਰ ਇੱਕ ਜਾਂ ਦੋ ਮੰਥ ਬਾਅਦ ਜਿਹੜਾ ਸਪਾਊਸ ਆ ਇੰਡੀਆ ਵਾਲਾ ਫਾਈਲ ਲਾ ਦਿੰਦਾ ਤੇ ਵੀਜ਼ਾ ਨਹੀਂ ਮਿਲਣਾ, ਕਿਉਂਕਿ ਵੀਜ਼ਾ ਆਫੀਸਰ ਨੂੰ ਇਹ ਲੱਗਦਾ ਕਿ ਇੰਨੀ ਛੇਤੀ ਜਿਹੜੀ ਮੈਰਿਜ ਬੋਨਾਫਾਈਡ ਆ ਦੋਨਾਂ ਦੇ ਵਿੱਚ ਅੰਡਰਸਟੈਂਡਿੰਗ ਆ ਉਹ ਬਿਲਡ ਨਹੀਂ ਹੋਈ, ਇਹ ਸਿਰਫ ਇਹਨਾਂ ਦਾ ਪਰਪਜ਼ ਆ ਕੈਨੇਡਾ ਆਉਣ ਦਾ। ਉਦੋਂ ਅਗਲੀ ਗੱਲ 'ਤੇ ਆਪਾਂ ਗੱਲ ਕਰਦੇ ਹਾਂ, ਜਦੋਂ ਮੰਨ ਲਓ ਕੁੜੀ ਦਾ ਵੀਜ਼ਾ ਆ ਗਿਆ ਤੇ ਇੱਕ ਅਣਜਾਣ ਬੰਦਾ ਲੱਭ ਕੇ ਵਿਆਹ ਕਰ ਲੈਂਦੇ ਹਾਂ ਜਾਂ ਵਿਆਹ ਕਰਵਾ ਲੈਂਦੇ ਹਾਂ, ਠੀਕ ਹੈ, ਵਿਚੋਲਾ ਪੈ ਕੇ, ਠੀਕ ਹੈ, ਤੇ ਜਿਹੜੀਆਂ ਉਹਦੀਆਂ ਫੀਸਾਂ ਹੁੰਦੀਆਂ ਫਾਈਨੈਂਸ਼ੀਅਲੀ ਸਟੇਟਸ ਹੁੰਦਾ, ਉਹਦੀਆਂ ਰਿਸਿਪਟਸ ਤੁਹਾਡੇ ਨਾਮ ਤੇ ਹਸਬੈਂਡ ਦੇ ਨਾਮ ਤੇ ਨਹੀਂ ਹੁੰਦੀਆਂ, ਚਾਹੇ ਉਹਨਾਂ ਦਾ ਜੈਨੂਇਨ ਵਿਆਹ ਵੀ ਆ, ਉੱਥੇ ਵੀ ਤੁਹਾਨੂੰ ਵੀਜ਼ਾ ਆਫੀਸਰ ਨੇ ਵੀਜ਼ਾ ਨਹੀਂ ਦੇਣਾ ਕਿ ਉਹਨੂੰ ਕਲੀਅਰ ਲੱਗਦਾ ਕਿ ਇਹ ਮੈਰਿਜ ਜੈਨੂਇਨ ਨਹੀਂ ਆ। ਉਦੋਂ ਅਗਲੀ ਗੱਲ ਆਪਾਂ ਕਰਦੇ ਹਾਂ ਕਿ ਜਿਹੜਾ ਮੇਨ ਕਾਮਨ ਕਾਰਨ ਆ ਸਿਰਫ ਮੈਰਿਜ ਕਰਕੇ ਨਹੀਂ ਆ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਰਿਜੈਕਟ ਹੋਣੀ ਆ, ਤੁਹਾਡੇ ਫਾਈਨੈਂਸ਼ੀਅਲ ਸਟੇਟਸ ਕਰਕੇ ਵੀ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਰਹੀ ਆ, ਬੈਂਕ ਫੰਡ ਦੇ ਕਰਕੇ ਵੀ ਇਹ ਦਿੱਕਤ ਆ ਰਹੀ ਹੈ। ਬਹੁਤ ਸਾਰੇ ਕੰਸਲਟੈਂਟ ਇਹ ਕਹਿੰਦੇ ਆ ਕਿ 10 ਲੱਖ ਸ਼ੋ ਕਰੋ, 12 ਲੱਖ ਸ਼ੋ ਕਰੋ, ਐਕਚੁਅਲ ਦੇ ਵਿੱਚ, ਠੀਕ ਹੈ, ਫੰਡ ਦਾ ਮਤਲਬ ਇਹ ਹੈ ਕਿ ਬੇਸਿਕਲੀ ਤੁਹਾਡੇ ਕੋਲ $10,000 ਦੇ ਅਰਾਊਂਡ ਹੋਣੇ ਚਾਹੀਦੇ ਆ ਤੁਹਾਡੇ ਖਾਤੇ ਦੇ ਵਿੱਚ, ਠੀਕ ਹੈ, ਉਹਨਾਂ ਦੇ ਸੋਰਸਿਸ ਵੀ ਹੋਣੇ ਚਾਹੀਦੇ ਆ ਵੀ ਤੁਸੀਂ ਕਿੱਥੋਂ ਪੈਸਾ ਲਿਆ, ਕਿੱਥੋਂ ਇਕੱਠਾ ਕੀਤਾ, ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਇਨਕਲੂਡ ਆਪਦੀ ਫਾਈਲ ਦੇ ਵਿੱਚ ਕਰਕੇ ਨਹੀਂ ਦੱਸਦੇ ਤਾਂ ਕੈਨੇਡੀਅਨ ਐਮਬੈਸੀ ਜਾਂ ਹਾਈ ਕਮਿਸ਼ਨ ਜਿਹੜੀ ਕੈਨੇਡਾ ਦੀ ਹੈਗੀ ਇੰਡੀਆ ਦੇ ਵਿੱਚ ਬੈਠੀ, ਉਹਨਾਂ ਨੇ ਮੋਹਰ ਲਾ ਦੇਣੀ ਹੈ ਕਿ ਇਹ ਕੇਸ ਜੈਨੂਇਨ ਨਹੀਂ ਆ, ਇਹਦੇ ਫੰਡ ਜੈਨੂਇਨ ਨਹੀਂ ਆ, ਠੀਕ ਹੈ, ਇਸ ਕਰਕੇ ਫਾਈਨੈਂਸ਼ੀਅਲ ਸਟੇਟਸ ਕਰਕੇ ਤੁਹਾਡਾ ਜਿਹੜਾ ਵੀਜ਼ਾ ਰਿਜੈਕਟ ਕਰ ਦੇਣਾ। ਉਦੋਂ ਅਗਲੀ ਗੱਲ ਆ ਜਾਂਦੀ ਹੈ ਜਦੋਂ ਇਹ ਦੋਨੇ ਚੀਜ਼ਾਂ ਕਲੀਅਰ ਹੋ ਜਾਂਦੀਆਂ, ਰਿਲੇਸ਼ਨਸ਼ਿਪ ਮੈਰਿਜ ਦੀਆਂ, ਠੀਕ ਹੈ, ਤੇ ਫਾਈਨੈਂਸ਼ੀਅਲ ਸਟੇਟਸ ਦੀਆਂ, ਤੀਜੀ ਗੱਲ ਆ ਜਾਂਦੀ ਆ ਕਿ ਤੁਹਾਡਾ ਕਰੰਟਲੀ ਜਿਹੜਾ ਰਿਲੇਸ਼ਨਸ਼ਿਪ ਆ ਉਹ ਕਿੱਦਾਂ ਚੱਲ ਰਿਹਾ, ਤੁਸੀਂ ਗੱਲਬਾਤ ਕਿਵੇਂ ਕਰ ਰਹੇ ਹੋ। ਠੀਕ ਹੈ, ਹੁਣ ਇੱਕ ਮੰਨ ਲਓ ਵੀਜ਼ਾ ਆਫੀਸਰ ਨੂੰ ਤੁਸੀਂ ਚੈਟ ਭੇਜੀ ਹੈ, ਚੈਟ ਤੋਂ ਵਿੱਚੋਂ ਆਪਾਂ ਸਾਰੇ ਇੰਨੇ ਵੀ ਅਣਜਾਣ ਨਹੀਂ ਆ ਕਿ ਇੱਕ ਰਿਲੇਸ਼ਨਸ਼ਿਪ ਨੂੰ ਦੇਖਣ ਲਈ ਇੱਕ ਬੰਦੇ ਦੀਆਂ ਫੋਟੋਆਂ ਜ਼ਰੂਰੀ ਹੁੰਦੀਆਂ, ਲੱਖਾਂ ਫੋਟੋਆਂ ਲਾ ਲਓ ਫਿਰ ਵੀ ਉਹ ਚੀਜ਼ ਨਹੀਂ ਹੋਣੀ ਜੋ ਤੁਹਾਡੀ ਚੈਟ ਨੇ ਤੁਹਾਡੇ ਕਮਿਊਨੀਕੇਸ਼ਨ ਹਿਸਟਰੀ ਨੇ ਦੱਸਣੀ ਆ। ਠੀਕ ਹੈ, ਕਈ ਜਿਹੜੇ ਏਜੰਟ ਆ ਉਹ ਕਹਿੰਦੇ ਹੁੰਦੇ ਆ ਕਿ ਤੁਸੀਂ ਆਪਦੀ ਵਟਸਐਪ ਹਿਸਟਰੀ ਲਾਓ, ਠੀਕ ਹੈ, ਲਾਓ, ਪਰ ਉਹਨੂੰ ਲਾਉਣ ਦੇ ਵੀ ਤਰੀਕੇ ਹੁੰਦੇ ਆ। ਸੋ ਸਾਰਿਆਂ ਦੇ ਅਲੱਗ ਅਲੱਗ ਤਰੀਕੇ ਆ, ਕਈ ਸਕਰੀਨਸ਼ਾਟ ਲਾਉਂਦੇ ਆ, ਕਈ ਐਕਸਪੋਰਟ ਚਾਰਟ ਕਰਕੇ ਲਾਉਂਦੇ ਆ, ਐਕਸਪੋਰਟ ਚਾਰਟ ਦੇ ਵਿੱਚ ਪੂਰਾ ਆਈਡੈਂਟੀਫਾਈ ਨਹੀਂ ਹੁੰਦਾ, ਸਕਰੀਨਸ਼ਾਟ ਇਨਕਲੂਡ ਕਰਕੇ ਲਾਓ ਤਾਂ ਵਧੀਆ ਗੱਲ ਹੈ। ਤੇ ਅਗਰ ਉਹ ਚੈਟ ਦੇ ਵਿੱਚ ਵੀ ਵੀਜ਼ਾ ਆਫੀਸਰ ਇਹ ਚੀਜ਼ ਰੀਡ ਕਰ ਲੈਂਦਾ ਕਿ ਇਹਨਾਂ ਦੀ ਉਹ ਗੱਲਬਾਤ ਨਹੀਂ ਬਣ ਰਹੀ, ਤਾਂ ਉੱਥੇ ਵੀ ਤੁਹਾਡਾ ਜਿਹੜਾ ਵੀਜ਼ਾ ਉਹਨੇ ਰਿਜੈਕਟ ਕਰ ਦੇਣਾ, ਰਿਫਿਊਜ਼ਲ ਦੇ ਦੇਣੀ ਆ।
ਠੀਕ ਹੈ। ਉਦੋਂ ਅਗਲੀ ਗੱਲ ਆ ਜਾਂਦੀ ਆ ਕਿ ਮੰਨ ਲਓ ਸਾਰਾ ਕੁਝ ਸਹੀ ਚੱਲ ਰਿਹਾ, ਠੀਕ ਹੈ, ਤੁਹਾਨੂੰ ਇੰਟਰਵਿਊ ਆ ਗਿਆ, ਠੀਕ ਹੈ, ਤੇ ਇੱਕ ਵੀਰ ਨੇ ਕਮੈਂਟ ਕੀਤਾ ਸੀ ਲਾਸਟ ਵੀਡੀਓ ਦੇ ਵਿੱਚ, ਉਹ ਸੀ ਕਿ ਇੱਕ ਸਾਊਥ ਇੰਡੀਅਨ ਵੀਜ਼ਾ ਆਫੀਸਰ ਆ, ਉਹ ਇੰਟਰਵਿਊ ਤੋਂ ਬਾਅਦ, ਇੰਟਰਵਿਊ ਸਾਰਾ ਕਲੀਅਰ ਕਰਨ ਤੋਂ ਬਾਅਦ ਵੀ ਵੀਜ਼ਾ ਨਹੀਂ ਦੇ ਰਹੀ। ਐਕਚੁਅਲ ਦੇ ਵਿੱਚ ਜੇ ਤੁਸੀਂ ਪੁਆਇੰਟ ਟੂ ਪੁਆਇੰਟ ਗੱਲ ਨਹੀਂ ਕਰੋਗੇ ਕਿਸੇ ਵੀ ਵੀਜ਼ਾ ਆਫੀਸਰ ਦੇ ਨਾਲ ਤਾਂ ਤੁਹਾਨੂੰ ਵੀਜ਼ਾ ਨਹੀਂ ਦੇਣਾ ਉਹਨੇ, ਕਿਉਂਕਿ ਆਪਣੀ ਸ਼ਕਲ ਤੋਂ ਹੀ ਪਤਾ ਲੱਗ ਜਾਂਦਾ ਕਿ ਆਪਾਂ ਸੱਚ ਬੋਲ ਰਹੇ ਹਾਂ ਜਾਂ ਝੂਠ ਬੋਲ ਰਹੇ ਹਾਂ। ਸੋ ਬਹੁਤ ਸਿਆਣੇ ਹੋ ਗਏ ਆ, ਸੋ ਇਸ ਕਰਕੇ ਕਿਸੇ ਦੀ ਵੀ ਗਲਤੀ ਕੱਢਣ ਨਾਲੋਂ ਪਹਿਲਾਂ ਤੁਸੀਂ ਖੁਦ ਪ੍ਰਪੇਅਰ ਹੋ ਕੇ ਜਾਓ, ਜਾਂ ਤੁਸੀਂ ਖੁਦ ਪ੍ਰਪੇਅਰ ਹੋ, ਤੁਸੀਂ ਇੱਕ ਇੱਕ ਚੀਜ਼ ਕਲੀਅਰ ਕਰਕੇ ਦੱਸੋ ਆਪਣੇ ਰਿਲੇਸ਼ਨਸ਼ਿਪ ਬਾਰੇ ਕਿ ਤੁਹਾਨੂੰ ਇਹ ਲੱਗੇ ਕਿ ਤੁਸੀਂ ਜੋ ਦੱਸਿਆ ਸਹੀ ਆ, ਤੇ ਅੰਬੈਸੀ ਨੂੰ ਵੀ ਇਹ ਲੱਗਣਾ ਚਾਹੀਦਾ ਕਿ ਜੋ ਦੱਸਿਆ ਤੁਸੀਂ ਸਹੀ ਦੱਸਿਆ, ਠੀਕ ਹੈ। ਹਰ ਇੱਕ ਚੀਜ਼ ਕਲੀਅਰ ਕਰੋ, ਐਕਸਪਲੇਨੇਸ਼ਨਸ ਦਿਓ ਸਾਰੀਆਂ ਚੀਜ਼ਾਂ ਦੀ, ਐਕਸਪਲੇਨ ਕਰੋ ਕਿ ਕਿਹੜੀ ਚੀਜ਼ ਕਿਵੇਂ ਹੈਪਨ ਹੋਈ ਆ। ਅਗਰ ਹੁਣ ਵੀਜ਼ਾ ਆਫੀਸਰ ਤੁਹਾਨੂੰ ਕਹਿ ਦਿੰਦਾ ਹੈ, ਠੀਕ ਹੈ, ਵੀ ਤੁਹਾਡੀ ਹਨੀਮੂਨ ਦੀਆਂ ਪਿਕਸ ਮਿਸਿੰਗ ਆ, ਤੇ ਜ਼ਿਆਦਾਤਰ ਪੰਜਾਬੀ ਤਾਂ ਸਰ ਕੀ ਕਹਿਣਗੇ ਕਿ ਸਾਡੇ ਰਿਵਾਜ਼ ਨਹੀਂ, ਅਸੀਂ ਹਨੀਮੂਨ ਤੇ ਨਹੀਂ ਜਾਂਦੇ। ਉਹ ਤੁਹਾਨੂੰ ਅੱਗੇ ਜਵਾਬ ਦੇ ਦੇਣਗੇ ਕਿ ਯਾਰ ਮੇਰੀ ਗੱਲ ਸੁਣੋ, ਸਾਰੀ ਉਮਰ ਤੁਸੀਂ ਆਪਦੇ ਦਾਦੇ ਪੜਦਾਦਿਆਂ ਵਾਲੀ ਗੱਲ ਤੁਸੀਂ ਤੁਰੇ ਫਿਰਨਾ, ਤੁਸੀਂ ਬਦਲਾਅ ਨਹੀਂ ਕਰ ਸਕਦੇ। ਸੋ ਇਹਨਾਂ ਗੱਲਾਂ ਕਰਕੇ ਵੀ ਤੁਹਾਡਾ ਵੀਜ਼ਾ ਜਿਹੜਾ ਉਹ ਰਿਫਿਊਜ਼ਲ ਹੋ ਜਾਂਦਾ, ਰਿਫਿਊਜ਼ ਲੱਗ ਜਾਂਦੀ ਆ। ਸੋ ਅਗਲੀ ਗੱਲ ਆਪਾਂ ਜਿਹੜੀ ਕਰਦੇ ਹਾਂ, ਬੇਸਿਕਲੀ ਜੀ ਇੱਕ ਛੋਟੀ ਜਿਹੀ ਗੱਲ ਆ ਕਿ ਜਦੋਂ ਤੁਸੀਂ ਆਪਦੀ ਫਾਈਲ ਪ੍ਰਪੇਅਰ ਕਰ ਰਹੇ ਹੋ, ਹਰ ਇੱਕ ਚੀਜ਼ ਨੂੰ ਇੰਨਾ ਐਡਜਸਟ ਕਰਕੇ, ਹਰ ਇੱਕ ਚੀਜ਼ ਨੂੰ ਇੰਨਾ ਵਧੀਆ ਤਰੀਕੇ ਨਾਲ ਪ੍ਰਪੇਅਰ ਕਰੋ, ਸਾਹਮਣੇ ਰੱਖੋ ਵੀਜ਼ਾ ਆਫੀਸਰ ਦੇ ਕਿ ਵੀਜ਼ਾ ਆਫੀਸਰ ਨੂੰ ਤੁਹਾਡੀ ਫਾਈਲ ਦੇ ਉੱਤੇ ਕਿੰਤੂ ਪਰੰਤੂ ਕਰਨ ਦੀ ਜ਼ਰੂਰਤ ਨਾ ਪਵੇ। ਇੱਕ ਹੋਰ ਗੱਲ, ਠੀਕ ਹੈ, ਅਗਰ ਤੁਸੀਂ ਮੰਨ ਲਓ ਤੁਹਾਡੀ ਵਾਈਫ ਨੂੰ ਆਫੀਸ਼ੀਅਲੀ ਡਰੋਪ ਆ, ਜੇ ਤੁਸੀਂ ਉਹਦੇ ਵਿੱਚ ਫਾਈਲ ਲਾਓਗੇ ਤੇ ਉੱਥੇ ਵੀ ਤੁਹਾਡੇ ਜਿਹੜੇ ਚਾਂਸਸ ਆ ਬਹੁਤ ਘੱਟ ਜਾਣੇ ਆ, ਤੁਹਾਨੂੰ ਵੀਜ਼ਾ ਨਹੀਂ ਮਿਲਣਾ, ਕਿਉਂਕਿ ਵੀਜ਼ਾ ਆਫੀਸਰ ਦੇ ਦਿਮਾਗ 'ਚ ਇਹ ਜਾਣਾ ਕਿ ਇਹ ਬੰਦਾ ਸਟੂਡੈਂਟ ਤਾਂ ਹੈਗਾ ਬਟ ਅੱਗੇ ਜਾਊਗਾ ਜਾਂ ਨਹੀਂ ਜਾਊਗਾ ਕਾਲਜ ਪੜ੍ਹਨ ਵਾਸਤੇ, ਸੋ ਉੱਥੇ ਵੀ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਣਾ। ਸੋ ਇਹ ਸਾਰੀਆਂ ਗੱਲਾਂ ਤੋਂ ਬਾਅਦ ਗੱਲ ਆ ਜਾਂਦੀ ਆ ਕਿ ਯਾਰ ਹੁਣ ਇਹ ਸਾਰੀਆਂ ਚੀਜ਼ਾਂ ਤਾਂ ਦੱਸਤੀਆਂ ਵੀ ਇਹਨਾਂ ਕਰਕੇ ਰਿਜੈਕਟ ਆਉਂਦਾ, ਇਹਨਾਂ ਚੀਜ਼ਾਂ ਦਾ ਹੱਲ ਕੀ ਆ। ਹੱਲ ਇੱਕ ਹੈ ਕਿ ਤੁਸੀਂ ਆਪਣੇ ਰਿਲੇਸ਼ਨਸ਼ਿਪ ਨੂੰ ਇਸ ਹਿਸਾਬ ਨਾਲ ਡੇ ਬਾਈ ਡੇ ਉਹਦੇ ਵਿੱਚ ਇੰਪਰੂਵਮੈਂਟ ਲਿਆਓ, ਠੀਕ ਹੈ, ਐਵੀਡੈਂਸ ਇੰਨੇ ਇਕੱਠੇ ਕਰੋ, ਡਾਕੂਮੈਂਟੇਸ਼ਨਸ ਇੰਨੀਆਂ, ਇਹ ਨਹੀਂ ਹੈ ਕਿ ਜਿੰਨੇ ਅੰਬੈਸੀ ਨੇ ਕਹਿ ਤੇ ਉਨੇ ਹੀ ਦੇਣੇ ਆ, ਐਕਸਟਰਾ ਵੀ ਦਿਓ, ਠੀਕ ਹੈ, ਜਿੰਨਾ ਕਰਕੇ ਵੀਜ਼ਾ ਆਫੀਸਰ ਕਨਵਿੰਸ ਹੋ ਜਾਏ ਛੇਤੀ ਤੁਹਾਨੂੰ ਵੀਜ਼ਾ ਮਿਲ ਜਾਏ, ਠੀਕ ਹੈ। ਅਗਰ ਇਹ ਵੀਡੀਓ ਦੇ ਵਿੱਚ ਜਿੰਨੀ ਜਾਣਕਾਰੀ ਦਿੱਤੀ ਹੈ ਮੈਂ, ਠੀਕ ਹੈ, ਇੰਨੀ ਹੀ ਜਾਣਕਾਰੀ ਨਾਲ ਅਗਰ ਤੁਸੀਂ ਆਪਦੀ ਫਾਈਲ ਪ੍ਰਪੇਅਰ ਕਰੋਗੇ ਨਾ, ਤਾਂ ਤੁਹਾਨੂੰ ਵੀਜ਼ਾ 100 ਦੇ ਵਿੱਚੋਂ 90% ਤੁਹਾਨੂੰ ਵੀਜ਼ਾ ਮਿਲ ਜਾਊਗਾ, ਠੀਕ ਹੈ। ਆਪਾਂ ਵੀਡੀਓ ਦੇਖ ਲੈਂਦੇ ਹਾਂ, ਹਰ ਇੱਕ ਚੀਜ਼ ਦੇਖ ਲੈਂਦੇ ਹਾਂ, ਬਟ ਜੋ ਆਪਣੇ ਕੋਲ ਹੈਗਾ ਆਪਾਂ ਉਹਨੂੰ ਕਦੀ ਫਰੋਲਦੇ ਹੀ ਨਹੀਂ ਆ, ਦੇਖਦੇ ਹੀ ਨਹੀਂ ਵੀ ਆਪਣੇ ਕੋਲ ਹੈ ਕੀ ਆ। ਹੁਣ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਹਰ ਇੱਕ ਚੀਜ਼ ਦੱਸਤੀ ਆ, ਠੀਕ ਹੈ, ਉਹਨਾਂ ਚੀਜ਼ਾਂ ਨੂੰ ਜਿਹੜੇ ਮਿਸਟੇਕਸ ਆ, ਜਿਹੜੇ ਰੀਜ਼ਨ ਆ, ਉਹਨਾਂ ਤੇ ਕੰਮ ਕਰੋ, ਫਾਈਲ ਨੂੰ ਸਟਰੋਂਗ ਬਣਾਓ, ਫਿਰ ਤੁਸੀਂ ਅੰਬੈਸੀ ਦੇ ਵਿੱਚ ਫਾਈਲ ਰੀਪ੍ਰੈਜ਼ੈਂਟ ਕਰੋ। ICCRC ਮੈਂਬਰ ਤੋਂ ਬਿਨਾਂ ਤੁਹਾਡੀ ਫਾਈਲ ਕੋਈ ਵੀ ਨਹੀਂ ਲਾ ਸਕਦਾ, ਜਾਂ ਲਾਇਰ ਲਾ ਸਕਦਾ, ਠੀਕ ਹੈ, ਕੈਨੇਡਾ ਦਾ, ਠੀਕ ਹੈ, ਜਾਂ ICCRC ਮੈਂਬਰ ਲਾ ਸਕਦਾ, ਠੀਕ ਹੈ। ਹੁਣ ਇੰਡੀਆ ਦੇ ਵਿੱਚ ਤਾਂ ਐਡਵਰਟਾਈਜ਼ਮੈਂਟ ਇੰਨੀ ਵੱਧ ਗਈ ਆ ਨਾ ਕਿ ਠੀਕ ਹੈ, ਲੋਕ ਐਡਵਰਟਾਈਜ਼ਮੈਂਟ ਨੂੰ ਹੀ ਦੇਖ ਕੇ ਜਾ ਰਹੇ ਆ। ਇਹ ਨਹੀਂ ਹੈ ਕਿ ਐਕਚੁਅਲ ਦੇ ਵਿੱਚ ਉਹਦੇ ਕੋਲ ਇਨਫੋਰਮੇਸ਼ਨ ਕਿੰਨੀ ਆ, ਉਸ ਕੰਸਲਟੈਂਟ ਨੂੰ ਇਨਫੋਰਮੇਸ਼ਨ ਕਿੰਨੀ ਆ, ਉਹ ਕਿੱਥੋਂ ਕੀ ਕੰਮ ਕਰ ਰਿਹਾ, ਉਹ ਕਿੰਨੀ ਕੁ ਇਨਫੋਰਮੇਸ਼ਨ ਦੇ ਰਿਹਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਮਾਇੰਡ ਦੇ ਵਿੱਚ ਰੱਖ ਕੇ ਲਿਜਾਓ। ਇੱਕ ਮੇਨ ਗੱਲ ਮੈਂ ਤੁਹਾਨੂੰ ਇੱਕ ਮੇਨ ਗੱਲ ਦੱਸਦਾ ਕਿ ਕਦੇ ਵੀ ਅੰਬੈਸੀ ਦੇ ਨਾਲ ਝੂਠ ਫਰੇਬ ਕਰਨ ਦਾ ਨਾ ਸੋਚੋ, ਠੀਕ ਹੈ। ਅਗਰ ਤੁਸੀਂ ਮਿਸਗਾਈਡ ਕਰੋਗੇ ਨਾ, ਤਾਂ ਇੱਕ ਵਾਰੀ ਤੁਹਾਡੇ ਮਿਸਰੀਪ੍ਰੈਜੈਂਟੇਸ਼ਨ ਦੀ ਸੈਕਸ਼ਨ 40 ਲੱਗ ਗਿਆ ਨਾ, ਤਾਂ ਫਿਰ ਤੁਸੀਂ ਕੈਨੇਡਾ ਦੀ ਧਰਤੀ ਤੇ 5 ਸਾਲ ਬਾਅਦ ਹੀ ਜਾਓਗੇ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ, ਇਹਨਾਂ ਚੀਜ਼ਾਂ ਨੂੰ ਲੈ ਕੇ ਜੋ ਵੀ ਇਨਫੋਰਮੇਸ਼ਨ ਹੈਗੀ ਆ, ਜੇ ਤੁਸੀਂ ਵੇਟ ਕਰ ਲਓ, ਜੇ ਅਗਰ ਤੁਹਾਡਾ ਰਿਲੇਸ਼ਨਸ਼ਿਪ ਨਵਾਂ 2-4 ਮਹੀਨੇ ਵੇਟ ਕਰ ਲਓ, ਫਿਰ ਫਾਈਲ ਲਾ ਲਓ, ਕੋਈ ਚੱਕਰ ਨਹੀਂ ਆ। ਵੀਜ਼ਾ ਤਾਂ ਤੁਹਾਨੂੰ ਹੀ ਦੇਣਾ ਹੈ, ਅਗਰ ਤੁਹਾਡਾ ਜੈਨੂਅਨ ਵਿਆਹ ਤਾਂ ਵੀਜ਼ਾ ਮਿਲ ਜਾਣਾ ਤੁਹਾਨੂੰ। ਸੋ ਇਹ ਗੱਲਾਂ ਹੈ। ਸੋ ਹਰ ਇੱਕ ਚੀਜ਼ ਨੂੰ ਨਾ ਦੇਖਿਆ ਕਰੋ ਧਿਆਨ ਨਾਲ, ਹਰ ਇੱਕ ਚੀਜ਼ ਨੂੰ ਸੁਣਿਆ ਕਰੋ, ਠੀਕ ਹੈ। ਹੁਣ ਮੈਂ ਵੀਡੀਓ ਬਣਾਤੀ ਹੈ, ਮੈਂ ਸ਼ੇਅਰ ਕਰਤੀ ਹੈ ਤੁਹਾਡੇ ਨਾਲ, ਹੁਣ ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ ਉਹ ਮੈਨੂੰ ਨਹੀਂ ਪਤਾ, ਬਟ ਮੈਂ ਹੋਪ ਕਰਦਾ ਕਿ ਇਹ ਸਾਰੀ ਵੀਡੀਓ ਤੁਹਾਡੇ ਲਈ ਇਨਫੋਰਮੇਸ਼ਨ ਵਾਲੀ ਹੋਵੇ, ਠੀਕ ਹੈ। ਤੇ ਬਾਕੀ ਯਾਰ ਫਾਈਲ ਲਾਉਣੀ ਹੈ ਜਾਂ ਨਹੀਂ ਲਾਉਣੀ, ਪਰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਭਰਾ, ਠੀਕ ਹੈ। ਕਮੈਂਟ ਵੀ ਕਰਿਆ ਕਰੋ, ਚੰਗੇ ਚੰਗੇ ਸੋਹਣੇ ਸੋਹਣੇ ਜੇ ਤੁਹਾਡੇ ਸਵਾਲ ਆ ਨਾ, ਉਹ ਸਾਰੇ ਪੁੱਛਿਆ ਕਰੋ, ਮੈਂ ਇੱਕ ਇੱਕ ਦਾ ਜਵਾਬ ਦਊਂਗਾ, ਠੀਕ ਹੈ। ਵਟਸਐਪ ਨੰਬਰ ਵੀ ਮੈਂ ਥੱਲੇ ਦੇ ਰਿਹਾ, ਠੀਕ ਹੈ, ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਆ, ਕੋਈ ਕੰਸਲਟੈਂਟ
ਦੀ ਕੋਈ ਰਿਕੁਆਇਰਮੈਂਟ ਆ, ਸੋ ਹਰੇਕ ਚੀਜ਼ ਜੇ ਤੁਹਾਨੂੰ ਵਧੀਆ ਲੱਗਦੀ ਹੈ ਜਾਂ ਤੁਸੀਂ ਚਾਹੁੰਦੇ ਆ ਵੀ ਲੈਣੇ ਚਾਹੁੰਦੇ ਆ, ਮੇਰੇ ਤੋਂ ਹੈਲਪ ਲੈਣਾ ਚਾਹੁੰਦੇ ਆ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰੋ, ਮੇਰੇ ਮੇਲ 'ਤੇ ਡਾਕੂਮੈਂਟੇਸ਼ਨ ਸ਼ੇਅਰ ਕਰੋ, ਮੈਂ ਤੁਹਾਡੀ ਫਾਈਲ ਨੂੰ ਦੇਖ ਕੇ ਦੱਸ ਦੂੰਗਾ ਕਿ ਤੁਹਾਡੀ ਫਾਈਲ ਅਪਰੂਵਡ ਹੋਣ ਵਾਲੀ ਆ ਜਾਂ ਨਹੀਂ, ਕਿਉਂਕਿ ਮੈਂ ਵੀ ਉਸ ਪ੍ਰੋਸੈਸ 'ਚੋਂ ਗੁਜ਼ਰਿਆ। ਸਿਆਣੇ ਕਹਿੰਦੇ ਹੁੰਦੇ ਨਾ, ਜਾਂ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ, ਸੋ ਮੇਰੇ ਨਾਲ ਰਾਹ ਵੀ ਪਿਆ ਅਤੇ ਵਾਹ ਵੀ ਪਿਆ, ਸੋ ਇਸ ਕਰਕੇ ਮੈਂ ਵੀ ਆਪਦਾ ਵੀਜ਼ਾ ਅਪਰੂਵਡ ਕਰਵਾਇਆ, ਠੀਕ ਹੈ, 45 ਡੇਜ਼ ਦੇ ਵਿੱਚ ਅਪਰੂਵਡ ਕਰਵਾਇਆ, ਕਿਉਂਕਿ ਮੈਨੂੰ ਪਤਾ ਐਕਚੁਅਲ ਦੇ ਵਿੱਚ ਕੰਸਲਟੈਂਟ ਅਤੇ ਇੱਕ ਜਿਹੜਾ ਬੰਦਾ ਐਕਚੁਅਲ ਆਪ ਬੰਦੇ ਨੇ ਕੰਮ ਕਰਨਾ, ਦੋਨਾਂ 'ਚ ਬਹੁਤ ਫਰਕ ਆ। ਸੋ ਮੈਂ ਹੋਪ ਕਰਦਾ ਇਹ ਵੀਡੀਓ ਤੁਹਾਡੇ ਲਈ ਇਨਫੋਰਮੇਸ਼ਨ ਵਾਲੀ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕਾਫੀ ਕੁਛ ਸਿੱਖਿਆ ਹੋਊਗਾ, ਅਤੇ ਇਹ ਵੀਡੀਓ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ ਹੈ, ਲਾਈਕ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ। ਬਾਕੀ ਹੈਪੀ ਨਿਊ ਈਅਰ ਹੈ ਜੀ ਸਾਰਿਆਂ ਨੂੰ, ਅਤੇ ਰੱਬ ਖੁਸ਼ੀਆਂ ਦੇਵੇ, ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਅਤੇ ਤੁਹਾਡੇ ਵੀਜ਼ੇ ਲੱਗਣ, ਅਤੇ ਤੁਸੀਂ ਵੀ ਆਪਦੇ ਘਰ ਵਾਲੇ ਕੋਲ ਜਾਓ ਅਤੇ ਲੁੱਤ ਲਾਓ ਜ਼ਿੰਦਗੀ ਦਾ, ਅਤੇ ਕਨੇਡਾ ਜਾਣ ਕੇ ਤੁਸੀਂ ਵੀ ਵੀਡੀਓ ਬਣਾਓ, ਠੀਕ ਹੈ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਬਾਏ ਬਾਏ, ਟੇਕ ਕੇਅਰ।